ਹੈਲੋ ਦੋਸਤੋ, ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ ਇਸ ਯੂਟਿਊਬ ਚੈਨਲ ਸਟੱਡੀ ਸਪੀਰੀਅਡ ਦੇ ਵਿੱਚ। ਦੋਸਤੋ, ਅੱਜ ਆਪਾਂ ਗੱਲ ਕਰਨੀ ਹੈ ਜੀ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ 15 ਤਰੀਕ ਦਿੱਤੀ ਸੀਗੀ ਜੀ ETT ਦੇ ਮਾਸਟਰ ETT ਵਾਲਿਆਂ ਨੂੰ ਜਿਹੜੀ ਫੀਸ ਸਬਮਿਟ ਕਰਨ ਦੀ, ਅਤੇ ਅੱਜ ਜਿਹੜੀ 15 ਤਰੀਕ ਹੈ ਲਾਸਟ ਡੇਟ ਹੈ ਜੀ। ਬਟ ਪ੍ਰੋਬਲਮ ਇਹ ਹੈ ਜੀ ਕਿ ਬਹੁਤ ਸਾਰੇ ਕੈਂਡੀਡੇਟ ਨੇ ਜਿਨ੍ਹਾਂ ਦੀ ਹਾਲੇ ਤੱਕ ਫੀਸ ਕਨਫਰਮ ਨਹੀਂ ਹੋਈ। ਘੱਟੋ ਘੱਟ ਬਹੁਤ ਸਾਰੇ ਤਾਂ ਕੈਂਡੀਡੇਟ ਇੱਦਾਂ ਦੇ ਨੇ ਜਿਨ੍ਹਾਂ ਨੇ ਘੱਟੋ ਘੱਟ 20 ਦਿਨ ਹੋ ਗਏ ਉਹ ਫੀਸ ਭਰ ਚੁੱਕੇ ਨੇ, ਬਟ ਉਹਨਾਂ ਦੀ ਫੀਸ ਦਾ ਕਨਫਰਮੇਸ਼ਨ ਦਾ ਕੋਈ ਮੈਸੇਜ ਨਹੀਂ ਆਇਆ ਅਤੇ ਨਾ ਉਹਦੀ ਹਾਲੇ ਤੱਕ ਫੀਸ ਕਨਫਰਮ ਹੋਈ ਹੈ ਜੀ। ਅਤੇ ਦੂਜੀ ਗੱਲ ਜੀ ਕਿ ਆਪਾਂ ਇਸ ਦਾ ਸਲਿਊਸ਼ਨ ਕੀ ਕਰ ਸਕਦੇ, ਕਿੱਦਾਂ ਜਿਹੜੀ ਆਪਣੀ ਉਹ ਫੀਸ ਆ ਉਸ ਨੂੰ ਅਸੀਂ ਸਬਮਿਟ ਕਰਾ ਸਕਦੇ ਹਾਂ। ਦੇਖੋ ਦੋਸਤੋ, ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਕਿ ਜਿਹੜੀ ਫੀਸ ਹੈ ਉਹ ਸਬਮਿਟ ਕਿਉਂ ਨਹੀਂ ਜੀ ਹੋ ਰਹੀ। ਦੇਖੋ ਦੋਸਤੋ, ਇਸ ਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਨੇ ਜੀ ਸਰਵਰ, ਠੀਕ ਹੈ ਜੀ। ਕਿਉਂਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਪਿਛਲੇ ਕਾਫੀ ਦਿਨਾਂ ਤੋਂ ਮਹੀਨਾ ਹੀ ਹੋ ਚੱਲਿਆ ਲਗਭਗ, ਕੰਮ ਹੈ ਜਿਹੜਾ ਸਾਰਾ ਬੰਦ ਪਿਆ ਹੋਇਆ ਜੀ। ਬੈਂਕ ਨੇ ਜਿਹੜੇ ਉਹ ਵੀ ਥੋੜ੍ਹੇ ਸਮੇਂ ਤੋਂ ਖੋਲ੍ਹਣ ਲੱਗੇ ਨੇ, ਬਟ ਬੈਂਕ ਵਾਲੇ ਨੇ ਜਿਹੜੇ ਉਹ ਆਪਣੇ ਜਿਹੜੇ ਉਹਦੇ ਕੰਮ ਪੈਂਡਿੰਗ ਸੀਗੇ ਉਹ ਕਰ ਰਹੇ ਨੇ, ਬਟ ਜਿਹੜੇ ਸਰਵਰ ਨੇ ਉਹ ਹਾਲੇ ਪ੍ਰੋਪਰ ਵਰਕ ਨਹੀਂ ਕਰ ਰਹੇ, ਉਹਦੇ ਕਰਕੇ ਜਿਹੜੀ ਤੁਹਾਡੀ ਫੀਸ ਆ ਉਹ ਕਨਫਰਮ ਨਹੀਂ ਹੋ ਰਹੀ। ਜਦੋਂ ਅਸੀਂ PI ਸਟੈਟਸ ਦੀ ਦੋਸਤੋ ਫੀਸ ਭਰਦੇ ਹਾਂ, ਸਾਡਾ ਜਿਹੜਾ 2 ਤੋਂ 3 ਦਿਨ ਦੇ ਵਿੱਚ ਸਾਡੀ ਫੀਸ ਕਨਫਰਮ ਹੋ ਜਾਂਦੀ ਹੈ ਜੀ, ਠੀਕ ਹੈ। 2 ਜਾਂ 3 ਦਿਨ ਲੱਗਦੇ ਨੇ ਜਾਂ ਹੱਦ ਨੇ ਜਿਹੜੇ ਉਹ 1 ਹਫ਼ਤੇ ਦੇ ਵਿੱਚ ਸਾਡੀ ਫੀਸ ਕਨਫਰਮ ਹੋ ਜਾਂਦੀ ਹੈ ਜੀ। ਬਟ ਜੇਕਰ ਅਸੀਂ ਦੇਖੀਏ ਇੱਥੇ ਤਾਂ ਕਾਫੀ ਜ਼ਿਆਦਾ ਜਿਹੜਾ ਸਮਾਂ ਉਹ ਲੱਗ ਰਿਹਾ। ਬਹੁਤ ਕੈਂਡੀਡੇਟ ਤਾਂ ਦੋਸਤੋ ਇੱਦਾਂ ਦੇ ਨੇ, ਘੱਟੋ ਘੱਟ ਮੈਨੂੰ 10 ਕੈਂਡੀਡੇਟ ਦੇ ਜਿਹੜੇ ਮੈਸੇਜ ਆਏ ਨੇ ਉਹ ਕਹਿ ਰਹੇ ਨੇ ਕਿ ਸਰ ਅਸੀਂ ਕੋਈ 15 ਦਿਨ ਕਹਿ ਰਿਹਾ, ਕੋਈ 20 ਦਿਨ ਕਹਿ ਰਿਹਾ, ਕੋਈ ਹਫ਼ਤਾ ਕਹਿ ਰਿਹਾ, ਕੋਈ 10 ਦਿਨ ਕਹਿ ਰਿਹਾ ਕਿ ਅਸੀਂ ਆਪਣੀ ਜਿਹੜੀ ਫੀਸ ਆ ਉਹ ਸਬਮਿਟ ਕਰਾ ਚੁੱਕੇ ਹਾਂ, ਬਟ ਉਹਨਾਂ ਨੂੰ ਨਾ ਤਾਂ ਅੱਜ ਤੱਕ ਕੋਈ ਕਨਫਰਮੇਸ਼ਨ ਦਾ ਮੈਸੇਜ ਆਇਆ ਜੀ, ਅਤੇ ਨਾ ਜਦੋਂ ਉਹ ਆਪਣਾ ਜਿਹੜਾ ਫਾਈਨਲ ਪ੍ਰਿੰਟ ਲੈਂਦੇ ਨੇ ਉਹਦੇ ਵਿੱਚ ਵੀ ਕੋਈ ਵੀ ਕਨਫਰਮੇਸ਼ਨ ਦਾ ਜਿਹੜਾ ਮੈਸੇਜ ਨਹੀਂ ਆਉਂਦਾ ਜੀ। ਜਿਵੇਂ ਕਿ ਮੈਂ ਇੱਕ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਸੀਗਾ ਕਿ ਜੇਕਰ ਤੁਹਾਡੀ ਫੀਸ ਨਹੀਂ ਕਨਫਰਮ ਹੋਈ ਤਾਂ ਤੁਸੀਂ PDF ਡਾਊਨਲੋਡ ਕਰ ਸਕਦੇ ਹੋ, ਉਸਦੇ ਵਿੱਚ ਵੀ ਲਿਖਿਆ ਆ ਜਾਂਦਾ। ਕੁਝ ਕੈਂਡੀਡੇਟ ਦਾ ਤਾਂ ਆ ਗਿਆ ਜੀ, ਲਗਭਗ 2% ਕੈਂਡੀਡੇਟ ਨੇ ਜਿਨ੍ਹਾਂ ਦੀ ਤਾਂ ਫੀਸ ਕਨਫਰਮ ਹੋ ਗਈ, ਬਟ ਬਹੁਤ ਸਾਰੇ ਕੈਂਡੀਡੇਟ ਇਹੋ ਜਿਹੇ ਨੇ ਜਿਨ੍ਹਾਂ ਨੂੰ ਇਸ ਪ੍ਰੋਬਲਮ ਦਾ ਹਾਲ ਤੱਕ ਕੋਈ ਸਲਿਊਸ਼ਨ ਨਹੀਂ ਮਿਲਿਆ ਜੀ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋਸਤੋ, ਸਰਵਰ ਨੇ ਜਿਹੜੇ ਉਹ ਹਜੇ ਪ੍ਰੋਪਰ ਵਰਕ ਨਹੀਂ ਕਰ ਰਹੇ ਜੀ, ਉਹਨਾਂ ਦੇ ਕਾਰਨ ਹੀ ਜਿਹੜੀ ਤੁਹਾਡੀ ਫੀਸ ਹੈ ਉਹ ਪੈਂਡਿੰਗ ਸ਼ੋ ਕਰ ਰਿਹਾ ਜੀ। ਅਤੇ ਦੂਜੀ ਗੱਲ ਜੀ ਕਿ ਇਸ ਦਾ ਸਮਾਂ ਜਿਹੜਾ ਉਹ ਐਕਸਟੈਂਡ ਹੋਊਗਾ ਜਾਂ ਨਹੀਂ, ਬਿਲਕੁਲ ਹੋਊਗਾ ਦੋਸਤੋ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬੋਰਡ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਜੀ ਉਸ ਦੇ ਉੱਤੇ ਵੀ ਸਾਫ਼ ਸਾਫ਼ ਲਿਖਿਆ ਹੁੰਦਾ ਕਿ ਜਦੋਂ ਬੈਂਕ ਨੇ ਜਿਹੜੇ ਉਹ ਨੋਰਮਲ ਡੇਜ਼ ਦੇ ਵਾਂਗ ਖੁੱਲ੍ਹਣ ਲੱਗ ਗਏ ਜੀ, ਪ੍ਰੋਪਰ ਵਰਕ ਹੈ ਜਿਹੜਾ ਹੋਣ ਲੱਗ ਗਿਆ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸਮਾਂ ਹੈ ਉਹ ਫੀਸ ਸਬਮਿਟ ਕਰਨ ਦੇ ਲਈ ਜ਼ਰੂਰ ਦਿੱਤਾ ਜਾਊਗਾ ਜੀ। ਇਸ ਲਈ ਗੱਲ ਇਹ ਹੈ ਜੀ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਜੀ। ਤੁਹਾਡੀ ਜਿਹੜੀ ਫੀਸ ਹੈ ਉਹ ਜੇ ਨਹੀਂ ਕਨਫਰਮ ਹੋਈ ਜੀ ਤਾਂ ਬਾਅਦ ਦੇ ਵਿੱਚ ਜਿਹੜਾ ਤੁਹਾਨੂੰ ਸਮਾਂ ਉਹ ਜ਼ਰੂਰ ਮਿਲੂਗਾ। ਬੋਰਡ ਦੋਸਤੋ ਕੁਛ ਸਮੇਂ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਉਹ ਜਾਰੀ ਕਰੂਗਾ ਕਿ ਤੁਸੀਂ ਜਿਹੜੀ ਆਪਣੀ ਫੀਸ ਹੈ ਉਸ ਨੂੰ ਸਬਮਿਟ ਕਰਵਾ ਸਕਦੇ ਹੋ ਜੀ। ਬਹੁਤ ਸਾਰੇ ਕੈਂਡੀਡੇਟ ਨੇ ਦੋਸਤੋ ਟੈਨਸ਼ਨ 'ਚ ਹੋਏ ਹੋਏ ਨੇ ਕਿ ਸਾਡਾ ਜਿਹੜਾ ਫਾਰਮ ਹੈ ਜੀ ਉਹ ਹਜੇ ਪੈਂਡਿੰਗ ਹੈ, ਮੀਨਸ ਉਹਦੀ ਫੀਸ ਨਹੀਂ ਭਰੀ ਗਈ ਅਤੇ ਉਸ ਕਾਰਨ ਜਿਹੜਾ ਫਾਈਨਲ ਪ੍ਰਿੰਟ ਹੈ ਉਹ ਨਹੀਂ ਲੈ ਪਾ ਰਹੇ ਜੀ। ਅਤੇ ਮੈਂ ਫਿਰ ਕਹਿਣਾ ਚਾਹੂੰਗਾ ਕਿ ਉਹਨਾਂ ਕੈਂਡੀਡੇਟ ਨੂੰ ਕੋਈ ਐਡੀ ਮੀਨਸ ਗੱਲ ਨਹੀਂ ਹੈਗੀ ਜੀ ਚਿੰਤਾ ਕਰਨ ਦੀ, ਤੁਸੀਂ ਆਪਣੀ ਜਿਹੜੀ ਇਗਜ਼ਾਮ ਦੀ ਪ੍ਰਿਪਰੇਸ਼ਨ ਉਸ ਨੂੰ ਕਰਦੇ ਰਹੋ ਅਤੇ ਇਹ ਜਿਹੜਾ ਫੀਸ ਭਰਨ ਦਾ ਸਮਾਂ ਤੁਹਾਨੂੰ ਜ਼ਰੂਰ ਮਿਲੂਗਾ ਜੀ। ਕਿਉਂਕਿ ਦੋਸਤੋ ਦੇਖੋ, ਬੋਰਡ ਨੂੰ ਵੀ ਪਤਾ ਹੈ ਜੀ, ਠੀਕ ਹੈ, ਜਿਹੜੇ ਬੰਦੇ ਬੋਰਡ 'ਚ ਕੰਮ ਕਰ ਰਹੇ ਨੇ ਉਹ ਵੀ ਇਨਸਾਨ ਹੀ ਨੇ ਜੀ, ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜੇ ਕੈਂਡੀਡੇਟ ਨੇ ਉਹ ਫੀਸ ਜੇਕਰ ਸਬਮਿਟ ਕਰਵਾਉਂਦੇ ਨੇ ਬੈਂਕ ਦੇ ਵਿੱਚ ਤਾਂ ਸਰਵਰਾਂ ਕਰਕੇ ਕੰਮ ਆ ਜਿਹੜਾ ਉਹ ਪੈਂਡਿੰਗ ਪਿਆ ਅਤੇ ਫੀਸ ਉਹਨਾਂ ਦੀ ਸਬਮਿਟ ਨਹੀਂ ਹੋ ਰਹੀ ਜੀ, ਅਤੇ ਇਸ ਲਈ ਉਹ ਵੀ ਜਾਣਦੇ ਨੇ, ਅਤੇ ਤਾਂ ਕਰਕੇ ਦੋਸਤੋ ਬੋਰਡ ਨੇ ਵੀ ਮੈਸੇਜ ਪਾਇਆ ਸੀਗਾ ਇੱਕ ਕਿ ਜਿਹੜੀ ਫੀਸ ਹੈ ਤੁਹਾਡੀ ਉਹ ਤੁਹਾਨੂੰ ਫਿਲ ਕਰਨ ਦਾ ਸਮਾਂ ਜ਼ਰੂਰ ਦਿੱਤਾ ਜਾਊਗਾ ਜਦੋਂ ਜਿਹੜੇ ਡੇਜ਼ ਨੇ ਉਹ ਜਦੋਂ ਜਿਹੜੇ ਬੈਂਕ ਨੇ ਉਹ ਨੋਰਮਲ ਡੇਜ਼ ਦੀ ਤਰ੍ਹਾਂ ਖੁੱਲ੍ਹਣ ਲੱਗ ਗਏ ਜੀ, ਠੀਕ ਹੈ ਜੀ। ਇਹ ਦੋਸਤੋ ਮੈਂ ਤੁਹਾਨੂੰ ਜਾਣਕਾਰੀ ਦੱਸਣੀ ਸੀ, ਬਹੁਤ ਸਾਰੇ ਕੈਂਡੀਡੇਟ ਦੇ ਮੈਸੇਜ ਆਏ ਸੀਗੇ, ਮੈਂ ਚਲੋ ਕਿਹਾ ਜਿਹੜੀ ਵੀਡੀਓ ਦੇ ਜ਼ਰੀਏ ਤੁਹਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਜੀ, ਠੀਕ ਹੈ ਜੀ। ਤਾਂ ਮਿਲਦੇ ਹਾਂ ਆਪਾਂ ਸ਼ਾਮ ਨੂੰ, ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਜੀ 5 ਵਜੇ ਸ਼ਾਮ ਨੂੰ ਆਪਣੀ ਵੀਡੀਓ ਆਊਗੀ ਇੱਕ, ਜਿਹੜੀ ਕਿ ਹਿਸਟਰੀ ਦੇ ਨਾਲ ਆਪਣਾ ਜਿਹੜਾ ਲੈਕਚਰ ਨੇ ਉਹ ਚੱਲ ਰਹੇ ਨੇ, ਅਤੇ ਮਿਲਦੇ ਹਾਂ ਜੀ ਸ਼ਾਮ ਨੂੰ ਜੀ। ਥੈਂਕ ਯੂ ਜੀ।